ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਤੁਹਾਨੂੰ ਇਤਿਹਾਸਿਕ ਸਥਾਨ ਮਾਲੜੀ ਸਾਹਿਬ ਲੈ ਕੇ ਆਏ ਹਾਂ, ਜੋ ਕਿ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਆ। ਜਦੋਂ ਮਹਾਰਾਜ ਜੀ ਆਪਣੇ ਵਿਆਹ ਲਈ ਜਾ ਰਹੇ ਸਨ ਤਾਂ ਇਸ ਸਥਾਨ 'ਤੇ ਰੁਕਣਾ ਕੀਤਾ ਸੀ ਮਹਾਰਾਜ ਨੇ। ਇੱਥੇ ਮਹਾਰਾਜ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸੇਵਕ ਧੰਨ ਧੰਨ ਬਾਬਾ ਮਾਲ ਜੀ ਰਹਿੰਦੇ ਸਨ, ਅਤੇ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਹੋਇਆ ਜੋੜਾ ਗੁਰੂ ਸਾਹਿਬ ਨੂੰ ਅਰਪਣ ਕੀਤਾ ਅਤੇ ਬਾਬਾ ਮਹਾਰਾਜ ਕੋਲੋਂ ਦੇਹ ਰੋਗਤਾ ਦਾ ਵਰ ਮੰਗਿਆ, ਕਿਉਂਕਿ ਬਾਬਾ ਮਾਲ ਜੀ ਸਰੀਰਕ ਦਰਦਾਂ ਦੇ ਰੋਗੀ ਸਨ। ਅਤੇ ਮਹਾਰਾਜ ਨੇ ਤੁੱਠ ਕੇ ਵਰਦਾਨ ਦਿੱਤਾ ਕਿ ਇਸ ਜਗ੍ਹਾ 'ਤੇ ਜੋ ਪ੍ਰਾਣੀ ਆ ਕੇ ਸੱਤ ਚੌਂਕੀਆਂ ਭਰੇਗਾ ਰਹਿੰਦੀ ਦੁਨੀਆ ਤੱਕ, ਉਹਨਾਂ ਦੇ ਦਰਦ ਦੂਰ ਹੋਣਗੇ, ਦੁਨਿਆਵੀ ਕਸ਼ਟ ਜੋ ਸਰੀਰਕ ਕਸ਼ਟ ਉਹਨੂੰ ਦੂਰ ਹੋਣਗੇ। ਅੱਜ ਵੀ ਸੰਗਤਾਂ ਇੱਥੇ ਆਉਂਦੀਆਂ ਹਨ, ਇਸ ਗੁਰੂ ਘਰ ਦੇ ਵਿੱਚ ਜੋ ਪਿੱਪਲ ਲੱਗਿਆ ਉੱਥੋਂ ਮਿੱਟੀ ਲੈ ਕੇ ਆਪਣੇ ਸਰੀਰ 'ਤੇ ਮਲਦੀਆਂ ਹਨ, ਅਤੇ ਅਨੇਕਾਂ ਹੀ ਸੰਗਤਾਂ ਦੇ ਜੋ ਸਰੀਰਕ ਰੋਗ ਹਨ ਦੂਰ ਹੁੰਦੇ ਹਨ। ਬਿਲਕੁਲ ਨਕੋਦਰ ਦੇ ਨਾਲ ਹੀ ਪਿੰਡ ਮਾਲੜੀ ਹੈ, ਤੁਸੀਂ ਆ ਕੇ ਇੱਥੇ ਦਰਸ਼ਨ ਮੇਲੇ ਕਰ ਸਕਦੇ ਹੋ। ਸੱਤ ਚੌਂਕੀਆਂ ਵਿੱਚੋਂ ਪਹਿਲੀ ਚੌਂਕੀ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਭਰਨੀ ਹੈ, ਛੇ ਜੋ ਬਾਕੀ ਪੰਜ ਚੌਂਕੀਆਂ ਹਨ ਤੁਸੀਂ ਘਰ ਵੀ ਭਰ ਸਕਦੇ ਹੋ, ਅਤੇ ਸੱਤਵੀਂ ਚੌਂਕੀ ਫਿਰ ਆ ਕੇ ਗੁਰਦੁਆਰਾ ਸਾਹਿਬ ਹੀ ਭਰਨੀ ਹੈ। ਇਹ ਇਸ ਤਰ੍ਹਾਂ ਹੈ ਜੀ, ਸ਼ਨੀਵਾਰ ਸਵੇਰ ਤੋਂ ਲੈ ਕੇ ਐਤਵਾਰ ਸਵੇਰ ਤੱਕ ਇਹ ਚੌਂਕੀ ਦਾ ਸਮਾਂ ਹੈ। ਉਸ ਸਮੇਂ ਦੇ ਵਿੱਚ ਸ਼ਨੀਵਾਰ ਸਵੇਰ ਤੋਂ ਐਤਵਾਰ ਸਵੇਰ ਤੱਕ ਤੁਸੀਂ ਕਿਸੇ ਵੀ ਚਾਰਪਾਈ ਜਾਂ ਮੰਜੇ 'ਤੇ ਨਹੀਂ ਬੈਠਣਾ, ਰਾਤ ਨੂੰ ਆਸਣ ਵੀ ਥੱਲੇ ਹੀ ਲਾਉਣੇ ਹਨ, ਅਤੇ ਉਸ ਦੇ ਵਿੱਚ ਪੂਰਨ ਵਿਸ਼ਵਾਸ ਰੱਖਣਾ ਹੈ ਮਹਾਰਾਜ 'ਤੇ, ਅਤੇ ਜੋ ਮਿੱਟੀ ਘਰ ਲੈ ਕੇ ਜਾਣੀ ਹੈ ਉਸ ਨੂੰ ਆਪਣੇ ਪਿੰਡੇ 'ਤੇ ਚੰਗੀ ਤਰ੍ਹਾਂ ਮਲਣਾ ਹੈ। ਅਤੇ ਇਸ ਦੌਰਾਨ ਕੋਈ ਵੀ ਆਂਡਾ, ਮੀਟ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਵਸਤੂ ਨਹੀਂ ਵਰਤਣੀ ਹੈ, ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ। ਇਸ ਤਰ੍ਹਾਂ ਸੰਗਤਾਂ ਦੂਰੋਂ ਦੂਰੋਂ ਆ ਕੇ ਆਪਣੇ ਜੋ ਸਰੀਰਕ ਰੋਗ ਹਨ ਦੂਰ ਕਰਦੀਆਂ ਹਨ। ਆਪ ਜੀ ਵੀ ਇਸ ਜਗ੍ਹਾ ਦਰਸ਼ਨ ਕਰ ਸਕਦੇ ਹੋ। ਪੂਰੀ ਵੀਡੀਓ ਦੇਖਣ ਲਈ ਸਾਡੇ ਯੂਟਿਊਬ ਅਤੇ ਫੇਸਬੁੱਕ ਚੈਨਲ PS ਜਮਸ਼ੇਰੀਆ ਯੂਟਿਊਬ 'ਤੇ ਅਤੇ ਫੇਸਬੁੱਕ 'ਤੇ ਪਰਮਜੀਤ ਸਿੰਘ ਜਮਸ਼ੇਰੀਆ ਨੂੰ ਜਾ ਕੇ ਫੋਲੋ ਕਰੋ ਅਤੇ ਸਬਸਕ੍ਰਾਈਬ ਕਰੋ। ਇੰਸਟਾ ਦੀ ਸਾਡੀ ID PS ਜਮਸ਼ੇਰ ਨੂੰ ਜ਼ਰੂਰ ਫੋਲੋ ਕਰ ਲਿਓ, ਹੋਰ ਇਸ ਤਰ੍ਹਾਂ ਦੀ ਇਤਿਹਾਸਕ ਗੁਰਸਿੱਖੀ ਨਾਲ ਜੁੜੀਆਂ ਵੀਡੀਓ ਦੇਖਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜਾ ਆਪ ਜੀ ਦੇ ਸਭ ਜੀ ਦੇ ਦੁੱਖ ਦਰਦ ਦੂਰ ਕਰਨ ਅਤੇ ਆਪ ਜੀ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।